ਸ਼੍ਰੀ ਅਕਾਲ ਖਾਲਸਾ ਭਾਈ ਜੀ ਦੀ ਫਤਿਹ। ਮੈਂ ਪਿੰਡ ਪੱਲੀ ਚਕੀਰ ਦਾ ਇੱਥੋਂ ਲੰਬੜਦਾਰ ਹਾਂ, ਬਲਬੀਰ ਸਿੰਘ ਸੈਣੀ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ। ਮੇਰੇ ਫਾਦਰ ਸਰਦਾਰ ਫਕੀਰ ਸਿੰਘ ਵੀ ਬਤੌਰ ਲੰਬੜਦਾਰ ਪੱਲੀ ਚੱਕੀ ਦੇ ਰਹੇ ਆ। ਉਹਨਾਂ ਨੇ ਵੀ ਬਹੁਤ ਵਧੀਆ ਪਿੰਡ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜੀ। ਲੰਬੜਦਾਰ ਜੋ ਵੀ ਕਿਸੇ ਦਾ ਵੀ ਦੁੱਖ ਤਕਲੀਫ ਹਰ ਖੁਸ਼ਹਾਲ ਕੀਤੀ। ਲੰਬੜਦਾਰ ਜਿਹੜੇ ਆ ਉਹ ਸਰਕਾਰ ਦੇ ਵਫ਼ਾਦਾਰ ਹੋਣੇ ਚਾਹੀਦੇ ਹਨ, ਮਾਲ ਮਹਿਕਮੇ ਦੀ ਜਾਣਕਾਰੀ ਵੀ ਰੱਖਦੇ ਹੋਣੇ ਚਾਹੀਦੇ ਹਨ। ਕਿਸੇ ਵੀ ਲਾਲਚ ਨਹੀਂ ਹੋਣਾ ਚਾਹੀਦਾ, ਪਿੰਡ ਦੀ ਸੇਵਾ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨੇ ਚਾਹੀਦੇ ਹਨ। ਸਾਨੇ ਜਿਹੜੇ 3 ਆਰਡੀਨੈਂਸ ਲਿਆਂਦੇ ਆ, ਅਸੀਂ ਉਹਨਾਂ ਦੀ ਵਿਰੋਧ ਕਰਦੇ ਹਾਂ। ਕੇਂਦਰ ਸਰਕਾਰ ਦੀ ਨੀਤੀ ਕਿਸਾਨ ਮਾਰੂ ਨੀਤੀ ਹੈ, ਕੁਝ ਸੂਬਿਆਂ ਨੇ MSP ਲਾਗੂ ਕਰ ਦਿੱਤੀ ਹੈ। ਸਰਕਾਰ ਨੂੰ ਇਹ ਬਿੱਲ ਵਾਪਸ ਲੈਣੇ ਚਾਹੀਦੇ ਆ, ਇਹ ਬਿੱਲ ਸਦਾ ਸਰ ਨਿੰਦਣਯੋਗ ਹਨ। ਮੋਦੀ ਸਾਹਿਬ ਨੇ ਅੱਗ 'ਤੇ ਪਾਬੰਦੀ ਲਾਈ ਹੈ ਅਤੇ ਇੱਕ ਕਰੋੜ ਰੁਪਇਆ ਜੁਰਮਾਨਾ ਲਾਇਆ ਹੈ, ਅਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਇਸ ਬਿੱਲ ਦਾ ਵੀ। ਆਪ ਬਹੁਤ ਤੰਗ ਅਤੇ ਪਰੇਸ਼ਾਨ ਹਨ। ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਆ। ਸਾਡੀਆਂ ਸਰਕਾਰਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਜੈਕਾਰਾ ਲਾਇਆ ਸੀ, ਜੈ ਜਵਾਨ ਜੈ ਕਿਸਾਨ, ਪਰ ਸਰਕਾਰਾਂ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ। ਕਿਸਾਨ ਇੱਕ ਅੰਨਦਾਤਾ ਹੈ ਅਤੇ ਪੂਰੇ ਭਾਰਤ ਦਾ ਢਿੱਡ ਭਰਦਾ ਹੈ।